ਹੁਸੈਨ ਸ਼ਹਿਰ ਵਿੱਚ ਵਾਸਤੇ ਕੋਈ ਐਸਾ ਇਲਾਕਾ ਜਿਸ ਤਰ੍ਹਾਂ ਮਸਾਹ ਤੋਂ ਉੱਤੇ ਆਪਣੇ ਬਾਅਦ ਦੇ ਅੰਦਰ ਜਗ੍ਹਾ ਨਹੀਂ ਤੁਸਾਂ ਵਾਸਤੇ ਮਤਲਬ ਕਿ ਵੀ ਕਿ ਜਿਸ ਤਰ੍ਹਾਂ ਪਿਸ਼ਾਵਰ ਸਦਰ ਮੁਕਾਮ ਹੈ ਅਸੈਂਬਲੀ ਵਾਸਤੇ ਸਦਰ ਮੁਕਾਮ ਹੈ ਉਸ ਵਾਸਤੇ ਸਾਡੇ ਕੋਲ ਜਗ੍ਹਾ ਨਹੀਂ ਉਸ ਵਾਸਤੇ ਸਾਡੇ ਕੋਲ ਕੇਪ ਰਹਿ ਲੈਣਗੇ ਕੱਲ੍ਹ ਸਾਡੇ ਮਤਲਬ ਕਿ ਕੇਪ ਆਪਣਾ ਜ਼ਿਆਦਾ ਇਸ ਅਸੈਂਬਲੀ ਵੀ ਚਾਹੀਦੀ ਹੈ ਜੁਡੀਸ਼ਰੀ ਵਾਲੀ ਚਾਹੀਦੀ ਹੈ ਹੋਰ ਵੀ ਜ਼ਰੂਰੀਅਤ ਹੈ ਉਸ ਵਾਸਤੇ ਸਾਡੇ ਕੋਲ ਜ਼ਮੀਨ ਕਿਸੇ ਪਾਸੇ ਹੈ ਸਰ ਜੀ ਜ਼ਰੂਰੀ ਨਹੀਂ ਪਹਿਲੀ ਗੱਲ ਤਾਂ ਇਹ ਹੈ ਪਹਿਲੀ ਗੱਲ ਤਾਂ ਇਹ ਨਾ ਕਿ ਅਸੀਂ ਇਹ ਸਮਝਦੇ ਹਾਂ ਯਾਰ ਐਕਟ ਬਾਅਦ ਅਸੀਂ ਕੁਝ ਪ੍ਰੀਜ਼ੈਂਟ ਕਰਦੇ ਬਤੌਰ ਡਿਵੀਜ਼ਨਲ ਸਦਰ ਮੁਕਾਮ ਔਰ ਇੱਥੇ ਬਹੁਤ ਸਾਰੀਆਂ ਅਸਾਂ ਕੋਲ ਦੇਖੋ ਇੱਥਾ ਮੈਂ ਤੁਹਾਨੂੰ ਕੋਈ ਗੱਲ ਦੱਸਾਂ ਜਿਸ ਵੇਲੇ ਨਵੀਆਂ ਚੀਜ਼ਾਂ ਬਣਦੀਆਂ ਉਹਨਾਂ ਨਾਲ ਨਵੀਆਂ ਅਸਾਂ ਦੀ ਅਸੈਂਬਲੀ ਦਾ ਉਜਮ ਬਹੁਤ ਬੜਾ ਨਾ ਸੀ ਅਸਾਂ ਦੀ ਅਗਰ ਅਸੈਂਬਲੀ ਹੋਈ ਤਾਂ ਉਸ ਤੋਂ ਉਜਮ 30-35-40 ਤੱਕ ਚਲਾ ਜੁਲਾ ਸੀ 50 ਤੱਕ ਚਲਾ ਜੁਲਾ ਛੋਟੇ ਸੂਬੇ ਜਿੱਥੇ ਵੀ ਬਣ ਸਨ ਇਹਨਾਂ ਦੀਆਂ ਅਸੈਂਬਲੀਆਂ ਦੇ ਨਹੀਂ ਉਜਮ ਸਨ ਇਹਨਾਂ ਜੋ ਕਿ ਅਸਾਂ ਕੋਲ ਆਲਰੇਡੀ ਡਿਸਟ੍ਰਿਕਟ ਸਾਲ ਮੌਜੂਦ ਹਨ ਔਰ ਇਹ ਅਗਲੇ ਨਿਜ਼ਾਮ ਵਿੱਚ ਜਿਹੜਾ ਕੱਲ੍ਹ ਪਰਸੋਂ ਦਾ ਨਿਜ਼ਾਮ ਆ ਰਿਹਾ ਇਸ ਵਿੱਚ ਡਿਸਟ੍ਰਿਕਟ ਗੌਰਮੈਂਟ ਵੈਸੇ ਵੀ ਡਿਸਟ੍ਰਿਕਟ ਲੈਵਲ ਉੱਤੇ ਖਤਮ ਹੋ ਜਾਂਦਾ ਤਹਿਸੀਲ ਲੈਵਲ ਤੇ ਚਲੀ ਜਾਂਦੀ ਤੇ ਅਸੀਂ ਉਹਨਾਂ ਡਿਸਟ੍ਰਿਕਟ ਸਾਲਸ ਕੋ ਇੰਪਰੂਵ ਕਰਕੇ ਅਸੈਂਬਲੀਆਂ ਦਾ ਚਰਚਾ ਸਨ ਅਸਾਂ ਕੋਲ ਹਾਈ ਕੋਰਟ ਦਾ ਆਲਰੇਡੀ ਬੈਂਚ ਦੀ ਬਿਹਤਰੀਨ ਇਮਾਰਤ ਮੌਜੂਦ ਹੈ ਅਸੀਂ ਇਨਸ਼ਾ ਅੱਲਾਹ ਤਾਲਾ ਉਸਕੋ ਆਪਣੇ ਸੂਬੇ ਵਾਸਤੇ ਹਾਈ ਕੋਰਟ ਦੀ ਇਮਾਰਤ ਦਾ ਦਰਜਾ ਚਾਹ ਦੇ ਸਾਂ ਅਸਾਂ ਕੋਲ ਇੱਕ ਕਮਿਸ਼ਨਰ ਦੇ ਡੀਆਈਜੀ ਦੇ ਬਹੁਤ ਬੜੇ ਬੜੇ ਘਰ ਹਨ ਅਸਾਂ ਕੁਝ ਸਾਡੇ ਗਰੁੱਪ ਵੀ ਅਸੀਂ ਤਬਦੀਲ ਰਾਓ ਗਵਰਨਰ ਤਬਦੀਲ ਕਰ ਦੇ ਸਾਂ ਅਸਾਂ ਕੋਲ ਬੇਤਾਸ਼ੀ ਸਾਰੇ ਤੈਅ ਜੀ ਐਸਟੈਬਲਿਸ਼ਮੈਂਟ ਇਹ ਤੈਅ ਜੀ ਚੀਜ਼ਾਂ ਹਨ ਅਸਾਂ ਕੋਲ ਇਹ ਡਿਸਟ੍ਰਿਕਟ ਜਿਹਨਾਂ ਦਾ ਕੋਲ ਉਤਾ ਫਰੰਟੀਅਰ ਹਾਊਸ ਹੈ ਜਿਸ ਫਰੰਟੀਅਰ ਹਾਊਸ ਕੋ ਮਹਿਮਾਨ ਖਾਨਾ ਨਾ ਬੜਾ ਸਾਂ ਸੀ ਇਸ ਫਰੰਟੀਅਰ ਹਾਊਸ ਕੋ ਬਾਜ਼ਾਬਤਾ ਐਮਪੀਆ ਹਸਟਲ ਕਰਾਰ ਚਾਹ ਦੇ ਸਾਂ ਠੀਕ ਹੈ ਨੇ ਸਾਰੀਆਂ ਗੱਲਾਂ ਦੇ ਆਲਟਰਨੇਟ ਅਸਾਂ ਕੋਲ ਮੌਜੂਦ ਹੈ ਇਹ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਆਲਟਰਨੇਟਸ ਨੇ ਇਹਨਾਂ ਕੋ ਸਾਰਿਆਂ ਕੋ ਇੰਪਰੂਵ ਕਰਨ ਦੀ ਜ਼ਰੂਰਤ ਹੈ ਕਿਸੇ ਵੀ ਚੀਜ਼ਾਂ ਕੋ ਬੜਾ ਕਰਨ ਦੀ ਲੋੜ ਨਹੀਂ ਅਸਾਂ ਕੋਲ ਅਸੈਂਬਲੀ ਹਾਲਸ ਦੀ ਹੁਣ ਵੀ ਜਿਹੜੀ ਤਦਾਦ ਹੈ 50 ਤੋਂ ਬਾਅਦ ਦੇ ਗੱਲ ਨੂੰ ਠਾਹ ਹੋ ਗਿਆ 60 ਮੈਂਬਰ ਨੇ ਔਰ ਉਹਨਾਂ ਦੇ ਬਹਿਣਾ ਜੋ ਕਿ ਬਿਹਤਰੀਨ ਜਗ੍ਹਾ ਹੈ ਤੇ ਇਸ ਕੋ ਇੰਪਰੂਵ ਕੀਤਾ ਜੋ ਲੱਗਦਾ ਇਸ ਵਿੱਚ ਗੇਅਰ ਵੀ ਕੀਤੇ ਜੋ ਲੱਗਦੇ ਅਸੀਂ ਜਲਾਲ ਬਾਬਾ ਆਡੀਟੋਰੀਅਮ ਕੋ ਬਤੌਰ ਅਸੈਂਬਲੀ ਹਾਲ ਇਸਤੇਮਾਲ ਕਰ ਰੱਖਦੇ ਹਾਂ ਅਸੀਂ ਫਰੰਟੀਅਰ ਹਾਊਸ ਕੋ ਬਤੌਰ ਐਮਪੀ ਹਾਸਪੀਟਲ ਇਸਤੇਮਾਲ ਕਰ ਰੱਖਦੇ ਹਾਂ ਅਸੀਂ ਵਜ਼ੀਰਿਆ ਲਾਉ ਉਮੀਦ ਤੇ ਗਲਤ ਅਸੀਂ ਤੇ ਇਸ ਗੱਲਾਂ ਦੇ ਕਾਇਲ ਕਿ ਅਗਰ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਅਗਰ 10 ਮਰਲੇ ਦੇ ਮਕਾਨੇ ਰੱਖਦੇ ਤੇ ਮੈਂ ਚੱਲਾਂ ਸਭ ਕੋਈ ਜੀ ਵਜ਼ੀਰਿਆ ਲਾ ਦੇਵੇ ਜਿਹੜੇ ਆਪਣੇ ਘਰੋਂ ਬਾਕੀ ਰਾਤ ਕਾਰ ਦੇ ਹੁਣ ਤੇ ਫਜ਼ਰੀ ਉੱਠ ਕੇ ਸਿੱਧੇ 10 ਮਰਲੇ ਦੇ ਦਫ਼ਤਰ ਵਿੱਚ ਆਣ ਕੇ ਬਹਿ ਉਹਨੂੰ ਰੋਕਾ ਬਹਿ ਕਰਕੇ ਤੂੰ ਆਪਣੇ ਲੋਕਾਂ ਦੀ ਖਿਦਮਤ ਕਰਨੀ ਅਸਾਂ ਬਲਾਤ ਤਾਮੀਰ ਕਰਨਾ ਜੋ ਕਿ ਤਰੀਕਾ ਨਾ ਚਲਾ ਦੇ ਅਜ਼ਾਲਤ ਦੀ ਤਹਿਰੀਕ ਦਾ ਇੱਕ ਬੁਨਿਆਦੀ ਮਕਸਦ ਹੈ ਔਰ ਉਹ ਬੁਨਿਆਦੀ ਮਕਸਦ ਇਹਨਾਂ ਲੋਕਾਂ ਦੀ ਬਾਦਸ਼ਾਹਤ ਕਾਇਮ ਕਰਨਾ ਨਹੀਂ ਉਹ ਬੁਨਿਆਦੀ ਮਕਸਦ ਆਪਣੀ ਬਾਦਸ਼ਾਹਤ ਕਾਇਮ ਕਰਨਾ ਨਹੀਂ ਬੁਨਿਆਦੀ ਮਕਸਦ ਇਹਨਾਂ ਦੀਆਂ ਅਜਾਸ਼ੀਆਂ ਨੂੰ ਪ੍ਰਮੋਟ ਕਰਨਾ ਨਹੀਂ ਉਹ ਬੁਨਿਆਦੀ ਮਕਸਦ ਹੈ ਹਜ਼ਾਰਾਂ ਦੀ ਤਹਿਰੀਕ ਦਾ ਸੂਬਾ ਹਜ਼ਾਰਾਂ ਬਣਨ ਦਾ ਬੁਨਿਆਦੀ ਮਕਸਦ ਹੈ ਕਿ ਅਸੀਂ ਆਤੇ ਹਾਂ ਆਵਾਮ ਦੀਆਂ ਜਿਹੜੀਆਂ ਆਵਾਮ ਕੋ ਜੇ ਕੁਝ ਦਿੱਤਾ ਜੁਲਿਆ ਉਹਨਾਂ ਦੇ ਦਰਵਾਜ਼ੇ ਤੱਕ ਪਹੁੰਚਾ ਕਰਕੇ ਦਿੱਤਾ ਜੁਲਿਆ ਆਵਾਮ ਦੇ ਵਸਾਇਲ ਕੋ ਤਰਲੇ ਦਰਜੇ ਤੱਕ ਆਣ ਕੇ ਤੇ ਆਵਾਮ ਕੋ ਔਰ ਇਕਤਦਾਰ ਕੋ ਕਰੀਬ ਕੀਤਾ ਜੁਲਿਆ ਔਰ ਇਕਤਦਾਰ ਕੋ ਕਰੀਬ ਕਰਨ ਦਾ ਇੱਕ ਖੂਬਸੂਰਤ ਤਰੀਕਾ ਹੈ ਕਿ ਮਾਲਾਤ ਦਾ ਸਿਸਟਮ ਖਤਮ ਕੀਤਾ ਜੁਲਿਆ ਲੋਕ ਆਪਣੇ ਘਰਾਂ ਵਿੱਚ ਰਹਿੰਦੇ ਹੁੰਦੇ ਸੀ ਤੁਮਰ ਰਜ਼ੀ ਅੱਲਾਹ ਤਾਲਾ ਨੂੰ ਅਗਰ ਖਲੀਫਾ ਹੋਣ ਦੇ ਬਾਵਜੂਦ ਆਪਣੇ ਘਰਾਂ ਵਿੱਚ ਰਹਿੰਦੇ ਸੀ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਪੂਰੀ ਰਿਆਸਤ ਮਦੀਨਾ ਦੇ ਸਰਦਾਰ ਹੋਣ ਦੇ ਬਾਅਦ ਰਿਆਸਤ ਮਦੀਨਾ ਦੇ ਸਰਬਰਾ ਹੋਣ ਦੇ ਬਾਅਦ ਉਹ ਆਪਣੇ ਉਜਰੇ ਵੀ ਦਿੰਦੇ ਸੀ ਕਿ ਅਸਾਂ ਕੋਈ ਨਾ ਇਹਨਾਂ ਗੱਲਾਂ ਕੋ ਡਰ ਕੇ ਅਸੀਂ ਇਹਨਾਂ ਕਰਾਂ ਕਿ ਅਸਾਂ ਕੋਲ ਇਸਟੈਬਲਿਸ਼ਮੈਂਟ ਨਹੀਂ ਇਤਨੀ ਕਿ ਅਸਾਂ ਕੋਲ ਇਤਨੀਆਂ ਇਮਾਰਤ ਨਹੀਂ ਨਾ ਅਸਾਂ ਕੋਲ ਇਨੀ ਇਮਾਰਤ ਦੀ ਗੱਲ ਨਹੀਂ ਇਹ ਮਾਈਂਡ ਸੈਟ ਦੀ ਗੱਲ ਹੈ ਉਸ ਦਾ ਮਾਈਂਡ ਸੈਟ ਹੈ ਕਿ ਆਵਾਮ ਕੋ ਉਹਨਾਂ ਦੀਆਂ ਚੀਜ਼ਾਂ ਉਹਨਾਂ ਦੀ ਚਾਹੀ ਤੱਕ ਪਹੁੰਚਣ ਉਹਨਾਂ ਦੇ ਜਿੰਨੇ ਨੇੜੇ ਸੀ ਪਹੁੰਚਾ ਕਰ ਅਸੀਂ ਉਹਨਾਂ ਕੋ ਪਹੁੰਚਾ ਕਰ ਸਪੋਜ਼ ਮੈਂ ਗੱਲ ਕਰਦਾ ਅੱਜ ਇੱਕ ਆਦਮੀ ਕੋ ਇਸਤਾਨ ਸੀ ਉਹ ਕਿ ਆਪਣੀ ਹੈ ਤਾਰੀਖ ਨਿਭਾਣਾ ਜੋ ਕਿ ਜਿਹੜਾ ਹੈ ਉਹ ਪਿਸ਼ਾਵਰ ਜੁੰਦਾ ਹੈ ਉਸਕੋ ਇੱਕ ਹਫ਼ਤਾ ਟਰੈਵਲ ਕਰਨਾ ਪੈਂਦਾ ਦੋ ਦਿਹਾੜੇ ਕੋ ਸਾਨੂੰ 10 ਕੋ ਨਿਕਲ ਉਸਕੋ ਗੁਜ਼ਾਰ ਨੂੰ ਕੋ ਟੈਨਕ ਦੱਸ ਗਿਆਰ ਉਥੋਂ ਗੁਜ਼ਾਰਦੇ ਫਿਰ ਦੋ ਦਿਹਾੜੇ ਵਾਪਸ ਪੰਜਵੇਂ ਦਿਹਾੜੇ ਵਾਪਸ ਆਉਂਦੇ ਯਾਰਵੇਂ ਦਿਹਾੜੇ ਫਿਰ ਤਾਰੀਖ ਤੱਕ ਜੁੜੇ ਹੁੰਦੇ ਅਗਰ ਅਸਾਂ ਦੇ ਐਕਟ ਬਾਅਦ ਵਿੱਚ ਹਾਈ ਕੋਰਟ ਹੋ ਸੀ ਤੇ ਇੱਕ ਆਦਮੀ 10 ਸੀ ਅਗਰ ਉਸਦਾ ਮੁਕੱਦਮਾ ਸੀ ਤਾਂ ਅਗਰ ਐਕਟ ਬਾਅਦ ਵਿੱਚ ਹਾਈ ਕੋਰਟ ਹੈ ਤਾਂ ਇਨਸ਼ਾ ਅੱਲਾਹ ਤਾਲਾ 10 ਵਿੱਚ ਹਾਈ ਕੋਰਟ ਦਾ ਬੈਂਚ ਵੀ ਹੋ ਸੀ ਉਹ ਕਰੋੜ ਸੀ ਔਰ ਦਿਹਾੜੀ ਵਾਲੇ ਹਾਈ ਕੋਰਟ ਦੀ ਤਾਰੀਖ ਨਿਪਟਾ ਕੇ ਤੇ ਰਾਤੀ ਵਾਲੇ ਘਰ ਵਾਪਸ ਜੁੜ ਸੀ ਅਸੀਂ ਇਹੀਆਂ ਗੱਲਾਂ ਚਾਹੁੰਦੇ ਹਾਂ ਅਸੀਂ ਚਾਹੁੰਦੇ ਹਾਂ ਅਸੀਂ ਅਸਤੇ ਸੂਬੇ ਵਿੱਚ ਅਗਰ ਅਸਤੇ ਸੂਬਾ ਬਣ ਸੀ ਤੇ ਅਸੀਂ 4 ਬੈਂਕ ਵੀ ਬਣ ਸਨ 5 ਜੇ ਚਲੇ ਉਹ 4 ਬੈਂਕ ਬਣ ਸਨ ਤੇ ਇਨਸ਼ਾ ਅੱਲਾਹ ਲੋਕਾਂ ਕੋ ਹਰੀਪੁਰਾ ਵਾਲੇ ਕੋ ਵੀ ਇਨਸ਼ਾ ਅੱਲਾਹ ਐਕਟ ਬਾਅਦ ਨਹੀਂ ਆਉਣਾ ਪੈਣਾ ਉਸਕੋ ਵੀ ਆਪਣੇ ਮਸਾਇਲ ਉਠਾ ਆਲੂ ਸਨ ਫਿਰ ਐਡਮਿਨਿਸਟ੍ਰੇਸ਼ਨ ਦਾ ਮਸਲਾ ਬਿਲਕੁਲ ਇਸੇ ਤਰ੍ਹਾਂ ਆ ਰਿਹਾ ਸੀ ਇਨਸ਼ਾ ਅੱਲਾਹ ਇਹ ਐਸਟੈਬਲਿਸ਼ਮੈਂਟ ਦੀ ਗੱਲ ਨਹੀਂ ਸਰ ਇਹ ਆਵਾਮ ਦੀ ਗੱਲ ਹੈ ਔਰ ਆਵਾਮ ਤੱਕ ਪਹੁੰਚਾਉਣਾ ਜੋਗੇ ਜਿਹੜਾ ਅਸਾਂ ਕੋ ਮਾਲਾਤ ਦੀ ਲੋੜ ਨਹੀਂ ਆਵਾਮ ਤੱਕ ਪਹੁੰਚਾਉਣਾ ਜੋਗੇ ਦਸਤਰ ਦੀ ਲੋੜ ਹੈ ਔਰ ਅਸੀਂ ਤਾਂ ਜ਼ਿਲ੍ਹਾ ਨਾਜ਼ਮ ਦਾ ਦਸਤਰ ਚੜਿਆ ਉਸਕੋ ਇੰਪਰੂਵ ਕਰਕੇ ਅਸੀਂ ਇਨਸ਼ਾ ਅੱਲਾਹ ਕਲਾ 6 ਜ਼ਿਲ੍ਹਾ ਸੀ